ਤੇ ਬ੍ਰਿਕਤਬਾ ਜੀ, ਸਵਾਗਤ ਹੈ ਸਾਡੇ ਦਰਸ਼ਕਾਂ ਦਾ। ਅਸੀਂ ਵਿਚਾਰ ਵਟਾਂਦਰਾ ਅੱਜ ਪੰਜਾਬ ਵਿਧਾਨ ਸਭਾ ਇਜਲਾਸ ਨੂੰ ਲੈ ਕੇ ਕਰ ਰਹੇ ਹਾਂ, ਤੇ ਅੱਜ ਦੇ ਮੁੱਦੇ ਦੇ ਵਿੱਚ ਸਵਾਲ ਇੱਥੇ ਹੈ ਚੱਕੇ ਜਾ ਰਹੇ ਨੇ ਕਿ ਜਿਹੜੇ ਸਾਡੇ MLA ਨੇ, MPs ਨੇ, MPs ਤਾਂ ਚਲੋ ਸਾਰੇ ਲੋਕ ਸਭਾ ਦੇ ਵਿੱਚ ਚਲੇ ਜਾਂਦੇ ਹਨ ਜਿਹੜੇ, ਲੇਕਿਨ ਸਾਡੇ MLA ਨੇ ਵਿਧਾਨ ਸਭਾ ਦੇ ਵਿੱਚ ਆਉਂਦੇ ਹਨ, ਤੇ ਉਹਨਾਂ ਦਾ ਐਜੂਕੇਸ਼ਨ ਬੈਕਗ੍ਰਾਉਂਡ ਕਿੰਨਾ ਕੁ ਵਧੀਆ ਹੋਣਾ ਚਾਹੀਦਾ ਤਾਂ ਕਿ ਮੋਰਲ ਵੈਲਿਊ, ਐਥਿਕ ਵੈਲਿਊਜ਼ ਜਿਹੜੀ ਹੈ ਉਹਨਾਂ ਦੀ ਦਿਸੇ ਐਂਡ ਆਫ ਦਾ ਡੇ, ਚਾਹੇ ਉਹ ਵਿਧਾਨ ਸਭਾ ਦੇ ਵਿੱਚ ਖੜ੍ਹੇ ਹੋ ਕੇ ਬੋਲਣ, ਚਾਹੇ ਉਹ ਆਪਣੇ ਹਲਕੇ ਦੇ ਵਿੱਚ ਖੜ੍ਹੇ ਹੋ ਕੇ ਬੋਲਣ, ਔਰ ਇੰਟਲੈਕਚੁਅਲ ਲੈਵਲ ਜਿਹੜਾ, ਇੰਟੈਲੀਜੈਂਸ ਜਿਹੜੀ ਆ, ਉਹ ਕਿੰਨੀ ਕੁ ਹੋਣੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਮੁੱਦਿਆਂ ਦੀ ਗੱਲ ਹੋ ਸਕੇ, ਇਸ਼ੂਜ਼ ਦੀ ਗੱਲ ਹੋ ਸਕੇ, ਬੈਟਰਮੈਂਟ ਫੋਰ ਪੰਜਾਬ ਹੋ ਸਕੇ। ਆਪਾਂ ਗੱਲਾਂ ਤਾਂ ਕਰਦੇ ਹਾਂ, ਲੇਕਿਨ ਕੀ ਫਰਕ ਹੈਗਾ ਅੱਜ ਦੂਜੇ ਮੁਲਕਾਂ ਦੇ ਵਿੱਚ? ਅੱਜ ਉੱਥੇ ਜਿਹੜੇ ਸੈਨੇਟਰ ਨੇ, ਉੱਥੇ ਜਿਹੜੇ MLAs ਨੇ, ਜਿਹੜੇ ਉੱਥੇ ਕਾਂਗਰਸਮੈਨ ਨੇ, ਉਹ ਕਿੰਨੇ ਕੁ ਪੜ੍ਹੇ ਲਿਖੇ ਨੇ? ਐਂਡ ਆਫ ਦਾ ਡੇ ਅਗਰ ਉਹ ਪੜ੍ਹੇ ਲਿਖੇ ਨੇ ਤਾਂ ਫਿਰ ਉਹ ਕਿਵੇਂ ਸੋਚਦੇ ਹਨ ਆਪਣੇ ਵੋਟਰਾਂ ਬਾਰੇ ਜਿਨ੍ਹਾਂ ਨੇ ਉਹਨਾਂ ਨੂੰ ਵੋਟ ਦਿੱਤੀ ਹੈ? ਕਹਿਣ ਦਾ ਮਤਲਬ ਕਿੰਨੀ ਕੁ ਇਮਾਨਦਾਰੀ ਹੈ? ਨਵੀਨ ਜੀ, ਦੇਖੋ ਇਹ ਚੀਜ਼ ਹੁੰਦੀ ਹੈ, ਜਿਸ ਤਰ੍ਹਾਂ ਕਹਿੰਦੇ ਇੱਕ ਇੱਕ ਐਜੂਕੇਸ਼ਨਲ ਬੈਕਗਰਾਊਂਡ ਹੋਣੀ ਚਾਹੀਦੀ, ਇੱਕ ਮੋਰਲ ਬੈਕਅਪ ਹੋਣਾ ਚਾਹੀਦਾ। ਉਹ ਸਾਡੇ ਕਈ ਪੋਲੀਟੀਸ਼ੀਅਨਸ ਦੇ ਵਿੱਚ ਆਈ ਐਕਸੈਪਟ ਦਿਸ ਕਿ ਨਹੀਂ ਹੁੰਦਾ। ਉਹ ਉਸ ਤਰ੍ਹਾਂ ਜਿਸ ਤਰ੍ਹਾਂ ਬਿਹਾਰ ਦੀ ਰਾਜਨੀਤੀ ਦੇਖ ਲਓ, ਉੱਤਰ ਪ੍ਰਦੇਸ਼ ਦੀ ਦੇਖ ਲਓ, ਯੂ ਫਾਈਂਡ ਲੋਟ ਆਫ ਕ੍ਰਿਮੀਨਲਸ ਇਨ ਪੋਲੀਟਿਕਸ ਐਂਡ ਉਹ ਜੀ ਚੀਜ਼ਾਂ ਚੱਲਦੀਆਂ। ਇੱਕ ਸਭ ਤੋਂ ਵੱਡੀ ਗੱਲ ਇੰਡੀਅਨ ਪੋਲੀਟਿਕਸ ਦੇ ਵਿੱਚ, ਇੱਕ ਸਭ ਤੋਂ ਸਾਡਾ ਜੋ ਡਰੋਬੈਕ ਹੈ ਉਹ ਇਹ ਹੁੰਦਾ, ਜਿਸ ਤਰ੍ਹਾਂ ਹੁਣ ਲੰਡਨ ਦੀ ਤੁਸੀਂ ਗੱਲ ਕਰ ਰਹੇ ਹੋ, ਕਿਸੇ ਹੋਰ ਕੰਟਰੀ ਦੀ ਗੱਲ ਕਰੋ, ਦੇ ਫਾਈਟ ਔਨ ਸਟਰੋਂਗ ਇਸ਼ੂਜ਼, ਦੇ ਫਾਈਟ ਔਨ ਬਰਨਿੰਗ ਇਸ਼ੂਜ਼, ਐਜੂਕੇਸ਼ਨ, ਮੈਡੀਕਲ, ਸਾਰੀ ਚੀਜ਼ਾਂ 'ਤੇ ਕਰਦੇ ਆ। ਸਾਡੀ ਇੰਡੀਅਨ ਪੋਲੀਟਿਕਸ ਪਤਾ ਕਿਤੇ 'ਤੇ ਚੱਲਦੀ ਹੈ? ਅੱਜ ਵੀ ਗਲੀ ਮੁਹੱਲੇ 'ਤੇ ਲੜਾਈ 'ਤੇ ਚੱਲਦੀ ਹੈ, ਤੁਮਨੇ ਮੇਰੇ ਕੋ ਇਹ ਕਿਹਾ, ਕਾਂਗਰਸ ਨੇ ਉਸ 'ਤੇ ਇਲਜ਼ਾਮ ਲਗਾਇਆ, ਬੀਜੇਪੀ ਨੇ ਉਸ 'ਤੇ ਜਵਾਬ ਦਿਆ, ਇਹਨਾਂ ਚੀਜ਼ਾਂ 'ਤੇ ਚੱਲਦੀ ਹੈ। ਜੇ ਅੱਜ ਤੁਸੀਂ ਲੋਕ ਸਭਾ ਦਾ ਸੈਸ਼ਨ ਕਰਾਓਗੇ, ਲੋਕ ਸਭਾ ਦੇ ਵਿੱਚ ਕੀ ਹੋਏਗਾ, ਰਾਫੇਲ ਜਹਾਜ਼ ਦੀ ਖਰੀਦ ਹੋਏਗੀ, ਕੇਰਲਾ ਦੀ ਬਾੜ ਹੋਏਗੀ, ਰਾਹੁਲ ਗਾਂਧੀ ਨੇ ਜਰਮਨੀ 'ਚ ਕੀ ਬਿਆਨ ਦਿੱਤਾ, ਇਹਦੇ 'ਤੇ ਲੜਾਈ ਝਗੜਾ ਹੋਏਗਾ। ਅਤੇ ਸਾਡੇ ਕੀ ਹੁੰਦਾ ਕਿ ਜਦੋਂ ਵੀ ਵਿਧਾਨ ਸਭਾ ਸੈਸ਼ਨ ਹੁੰਦਾ ਜਾਂ ਲੋਕ ਸਭਾ ਦੇ ਸੈਸ਼ਨ, ਪੰਜਾਬ ਵਿਧਾਨ ਸਭਾ ਦਾ ਵੀ ਕਹਿ ਲਓ, ਉਹਦੇ 'ਚ ਹੋਏਗਾ ਕਿ ਰਾਣਾ ਗੁਰਜੀਤ ਸਿੰਘ ਪਲੱਸ ਖਹਿਰਾ, ਰਾਣਾ ਗੁਰਜੀਤ ਸਿੰਘ ਪਲੱਸ ਖਹਿਰਾ, 4 ਦਿਨ ਇਸੇ 'ਚ ਨਿਪਟ ਜਾਣਗੇ, ਬਰਨਿੰਗ ਇਸ਼ੂਜ਼ ਫਿਰ ਰਹਿ ਗਏ। ਬਿਲਕੁਲ, ਮੇਰੇ ਕਾਲਰਸ ਵੀ ਜੁੜ ਰਹੇ ਨੇ, ਉਹਨਾਂ ਦੇ ਵੀ ਆਪਾਂ ਕਾਲ ਚਾਹੀਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਆਇਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਸਤਿ ਸ਼੍ਰੀ ਅਕਾਲ ਹਰਗੀਤ ਸਿੰਘ। ਸਤਿ ਸ਼੍ਰੀ ਅਕਾਲ ਹਰਭਜਨ ਸਿੰਘ ਜੀ, ਠੀਕ ਹੋ? ਹਾਂਜੀ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਜੀ। ਕਹਿੰਦਾ ਸ਼ਰਮਾ ਸਾਹਿਬ, ਅਸਲ 'ਚ ਨਾ ਦੇਖੋ, ਤੁਸੀਂ ਵੀ ਹੁਣ ਬਾਹਰ ਰਹਿੰਦੇ ਆ, ਮੈਂ ਵੀ ਸਾਰੀ ਉਮਰ ਬਾਹਰ ਕੱਟੀ ਆ। ਇਸ ਮੁਲਕ ਦੇ ਪਾਰਲੀਮੈਂਟ ਸਿਸਟਮ ਨੂੰ, ਉੱਥੇ ਡਿਬੇਟ ਹੁੰਦੀ ਨੂੰ, ਉੱਥੇ ਆਪੋਜੀਸ਼ਨ ਦਾ ਜੋ ਪਾਰਟ ਅਦਾ ਕਰਦੀ ਆ ਜਾਂ ਗੌਰਮੈਂਟ ਅਦਾ ਕਰਦੀ ਆ, ਜਦ ਕੋਈ ਇਸ਼ੂਜ਼ ਉੱਥੇ ਰੱਖੇ ਜਾਂਦੇ ਆ, ਤੇ ਬਹੁਤ ਡਿਫਰੈਂਟ ਹੈ। ਔਰ ਜਦ ਅਸੀਂ ਆਪਣੇ ਵੱਲ ਦੇਖਦੇ ਹਾਂ ਨਾ, ਇਹ ਟੋਟਲ ਫਿਆਸਕੋ ਜੀ, ਇਹ ਟੋਟਲ ਫਿਆਸਕੋ, ਯੂ ਨੋ, ਏਦਾਂ ਹੋ ਰਿਹਾ ਵੀ ਜਿੱਦਾਂ ਮਤਲਬ ਜਿਹਨੂੰ ਕੋਈ ਮੇਲਾ ਲੱਗਾ ਹੁੰਦਾ, ਕੋਈ ਬੱਚਿਆਂ ਵਾਲੀਆਂ ਗੱਲਾਂ ਕਰਦੇ ਆ, ਇਹ ਪਾਰਲੀਮੈਂਟ ਵੀ ਚਲਾ ਰਹੇ ਆ, ਤੇ ਕਰਦੇ ਕੀ ਆ ਉਹ ਜੀ? ਤੁਸੀਂ, ਤੁਹਾਡੇ ਮਨ 'ਚ ਇਹ ਯਕੀਨ ਹੁੰਦਾ ਤੇ ਤੁਸੀਂ ਤੁਸੀਂ ਆਪਣੇ ਜਦੋਂ ਬਾਹਰਲੇ ਵੈਸਟਰਨ ਮੁਲਕਾਂ 'ਚ ਤੁਸੀਂ ਰਹਿੰਦੇ ਆ, ਥੋੜ੍ਹੀ ਜਿਹਾ ਇਨ ਟੱਚ ਰਹਿੰਦੇ ਆ, ਇਸ ਗੌਰਮੈਂਟ ਕਿਸ ਤਰ੍ਹਾਂ ਚੱਲਦੀ ਆ, ਮਿਨਿਸਟਰ ਕਿਸ ਤਰ੍ਹਾਂ ਕੰਮ ਕਰਦੇ ਆ, ਪੁਲਿਸ ਦਾ ਕੀ ਕੰਮ ਹੈ, ਜਦੋਂ ਸਾਰਾ ਸਿਸਟਮ ਦੇਖਦੇ ਆ, ਲੀਗਲ ਸਿਸਟਮ ਦੇਖਦੇ ਆ, ਪਰ ਜੇ ਤੁਸੀਂ ਆਪਣੇ ਵੱਲ ਦੇਖਦੇ ਆ ਨਾ, ਤਾਂ ਤੁਹਾਨੂੰ ਇੱਦਾਂ ਲੱਗਦਾ ਜਿੱਦਾਂ ਬੱਚਿਆਂ ਵਾਲੀਆਂ ਗੱਲਾਂ ਕਰਦੇ ਹੁੰਦੇ ਆ, ਯੂ ਨੋ, ਜਦੋਂ ਜਦੋਂ ਕੋਈ ਰੀਅਲ ਨਹੀਂ, ਕੋਈ ਡਰਾਮਾ ਹੁੰਦਾ, ਕੋਈ ਕੋਈ ਸਿਸਟਮ ਹੈ, ਯੂ ਨੋ, ਕੋਈ ਡਿਸਿਜ਼ਨ ਹੋਵੇ ਇਹਦਾ ਨਹੀਂ। ਮੈਨ, ਆਈ ਐਗਰੀ ਔਨ ਦਿਸ, ਆਈ ਐਗਰੀ ਔਨ ਦਿਸ, ਯੂ ਨੋ, ਆਈ ਮੀਨ, ਯੂ ਨੋ, ਅਸੈਂਬਲੀ ਆ, ਪਹਿਲੀ ਗੱਲ ਤਾਂ ਜਦੋਂ ਉਹਦਾ ਟਾਈਮ ਹੈਗਾ, ਜ਼ਰੂਰੀ ਆ ਵੀ ਤੂੰ 3 ਦਿਨ ਚ ਮਗਾਉਣਾ, ਬਾਅਦ ਵਿੱਚ ਤੱਕ ਦੇ ਕਿਤੇ ਬਾਹਰ ਸੈਰ ਦੇ ਕੰਮ ਜਾਣਾ ਹੈਗਾ, ਅਗਰ ਉਹਦੇ ਇਸ਼ੂਜ਼ ਹੈਗੇ ਤਾਂ ਉਹਨੂੰ ਟਾਈਮ ਜ਼ਿਆਦਾ ਦੇ ਜੀ 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 ਤੇ ਉਹ ਪੁੱਛਣ ਵਾਲਾ ਹੋਵੇ ਤੇ 3 ਦਿਨਾਂ ਤੋਂ ਬਾਅਦ ਤਾਂ ਕਿਤੇ ਹੋਲਡ ਜਾਣਾ ਹੈਗਾ, ਜਦ ਤੇਰੀ ਅਸੈਂਬਲੀ ਨੇ ਕਿਤੇ ਹੋਲਡ ਜਾਣਾ, ਤੇ ਮੁੜ ਕੇ ਮੁਲਕ ਦੀ ਗੱਲ ਕਰਨੀ, ਅਗਰ ਮੁਲਕ ਦੇ ਇਸ਼ੂ ਆ ਤਾਂ ਟਾਈਮ ਦੀ ਕਿਹੜੀ ਚਿੰਤਾ ਹੈਗੀ ਆ ਜੀ, ਯੂ ਨੋ, ਉਹਨੂੰ ਲੰਬਾ ਟਾਈਮ ਦੇ। ਦੂਸਰੀ ਗੱਲ ਆ ਜਿਹੜੀ 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 ਜੱਜ ਸਾਹਿਬ ਦੀ ਜਿਹੜੀ ਰਿਪੋਰਟ ਹੈ, ਉਹ ਤੇ ਉਹਨੂੰ ਤਾਂ ਵੈਸੇ ਉੱਥੇ ਲਿਆਉਣ ਦੀ ਲੋੜ ਹੀ ਨਹੀਂ ਸੀਗੀ, ਉਹ ਜਦੋਂ ਉਹਨੇ ਜੱਜ ਸਾਹਿਬ ਨੇ ਰਿਪੋਰਟ ਦਿੱਤੀ ਆ, ਤੇ ਉਹ ਮਤਲਬ ਪ੍ਰੈਸ ਵਿੱਚ ਰਿਲੀਜ਼ ਕਰਦੇ ਵੀ ਆਹ ਰਿਪੋਰਟ ਹੋਈ ਆ, ਇਹਦਾ ਤੁਸੀਂ ਆਪਣਾ ਫੈਸਲਾ ਕਰੋ ਕਿ ਇਹਦੇ ਵਿੱਚ ਹੈਗਾ, ਔਰ ਆਪਣੀ ਆਪਣੀ ਰਾਏ ਦੱਸਤੇ। ਉਸ ਤੋਂ ਬਾਅਦ ਅਸੈਂਬਲੀ ਦੇ ਵਿੱਚ ਜਦ ਕੋਈ ਕੁਐਸਚਨ ਕਰਦਾ, ਤੇ ਜਿਹੜਾ ਚੀਫ ਮਿਨਿਸਟਰ ਆ ਉੱਠ ਕੇ ਜਵਾਬ ਦੇਵੇ ਉਹਨੂੰ ਸਟੈਪ ਬਾਈ ਸਟੈਪ, ਉਹ ਤਾਂ ਪਹਿਲੇ ਇੱਕ ਦੂਸਰੀ ਲੱਤਾਂ ਵੱਢਣ ਲੱਗੇ ਹੋਏ ਗਏ। ਇਹ ਜਿੰਨਾ ਵੀ ਕਲੈਸ਼ ਆ, ਇਹ ਪਰਸਨੈਲਿਟੀ ਕਲੈਸ਼ ਆ, ਇਸ਼ੂ ਦੀ ਤਾਂ ਕੋਈ ਗੱਲ ਹੀ ਨਹੀਂ ਕਰਦਾ। ਬਿਲਕੁਲ ਸਹੀ ਗੱਲ ਹੈ, ਆਈ ਥਿੰਕ ਯੂ ਹੈਵ ਰੇਜ਼ਡ ਅ ਵੈਲਿਡ ਵੈਲਿਡ ਕੁਐਸਚਨ ਹਰਭਜਨ ਜੀ, ਨੂੰ ਅਸੀਂ ਥੱਲੇ ਲਾਉਣਾ। ਆਈ ਥਿੰਕ ਯੂ ਹੈਵ ਰੇਜ਼ਡ ਅ ਵੈਲਿਡ ਕੁਐਸਚਨ ਜੀ 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 ਜੀ, ਥੈਂਕ ਯੂ ਵੈਰੀ ਮਚ। ਜਿਹੜੇ ਇਸ਼ੂਜ਼ ਆ ਦੇਖੋ, ਐਜੂਕੇਸ਼ਨ ਦਾ ਮਾਮਲਾ ਰਾਈਟ, ਟੈਕਸਿਸ ਦਾ ਮਾਮਲਾ, ਇਨਫਰਾਸਟ੍ਰਕਚਰ ਦਾ ਮਾਮਲਾ, ਹਸਪੀਟਲ ਦਾ ਮਾਮਲਾ, ਸਕੂਲਾਂ ਦਾ ਮਾਮਲਾ, ਜਿਹਨੂੰ ਹੋਰ ਮਤਲਬ ਰਿਲੀਜੀਅਸ ਪ੍ਰੋਬਲਮ ਜਿਹੜੀ ਆ ਉਹ ਕਿਸ ਤਰ੍ਹਾਂ ਟੈਕਲ ਕਰਨੀ ਆ। ਐਜੂਕੇਸ਼ਨ ਡਿੱਗੀ ਪਈ ਆ, ਇਨਫਰਾਸਟ੍ਰਕਚਰ ਡਿੱਗਿਆ ਪਿਆ ਹੈਗਾ, ਸਕੂਲਾਂ ਕਾਲਜਾਂ ਦੀ ਹਾਲਤ ਬੜੀ ਭੈੜੀ ਹੋ ਚੁੱਕੀ ਆ, ਜਿਹਨੂੰ ਅਨਇੰਪਲਾਇਮੈਂਟ ਇੰਨੀ ਆ ਕਿ ਲੋਕੀ ਮਤਲਬ ਭੁੱਖੇ ਮਰ ਰਹੇ ਨੇ। ਤੁਸੀਂ ਅਨਾਜ ਅਨਾਜ ਉਗਾਉਂਦੇ ਹੋ, ਤੁਹਾਡੀ ਆਪਣੀ ਜਨਤਾ ਭੁੱਖੀ ਮਰ ਰਹੀ ਆ, ਪਾਣੀ ਤੁਹਾਡੇ ਘਰਾਂ 'ਚ ਹੈ ਨਹੀਂ ਗਾ। ਤੁਸੀਂ ਸ਼ਰਮਾ ਸਾਹਿਬ ਯਕੀਨ ਕਰੋ, ਮੇਰੇ ਮੈਂ ਘਰ ਟੈਲੀਫੋਨ ਕੀਤਾ
ਜਿਹਨੂੰ ਘਰ ਨਾਕਾ ਲੱਗਾ ਸੀ ਹਰ ਸਾਲ ਸਾਨੂੰ ਥੱਲੇ ਕਰਨਾ ਪੈਂਦਾ ਸੀਗਾ। ਤੁਸੀਂ ਯਕੀਨ ਕਰੋ ਕਿ 3 ਮਹੀਨੇ ਮੇਰਾ ਵੱਡਾ ਬ੍ਰਦਰ ਕਹਿੰਦਾ ਬਜ਼ੁਰਗ ਹੋ ਚੁੱਕਾ, ਉਹ ਕਹਿੰਦਾ ਪਾਣੀ ਨਹੀਂ ਹੈਗਾ, ਪਾਣੀ ਕਿਸੇ ਦੂਰੋਂ ਜਾ ਕੇ ਲਿਆਉਣਾ ਪੈਂਦਾ ਸੀ, ਤੇ ਹੁਣ ਦੁਬਾਰਾ ਮਤਲਬ ਜਾ ਕੇ ਕੋਈ ਹੋਰ ਸਿਸਟਮ ਆ, ਉਹ ਮੋਟਰ ਸ਼ਟਰ ਲਾ ਕੇ ਤਾਂ ਹੁਣ ਪਾਣੀ ਘਰ ਚ ਆਇਆ। ਬਸ ਸਾਨੂੰ ਤਾਂ ਪਾਣੀ ਪੀਣ ਵਾਸਤੇ ਹੈ ਨੀ, ਗਰੀਬ ਲੋਕਾਂ ਵਾਸਤੇ। ਇੱਡੀ ਸ਼ਰਮ ਵਾਲੀ ਗੱਲ ਹੈ, ਕੋਈ ਕੋਈ ਚਿੰਤਾ ਹੀ ਨਹੀਂ ਕਰਦਾ। ਦੇਖੋ ਦੇਖੋ ਜੀ, ਨਾ ਮੁਲਕ ਦਾ ਬੇੜਾ ਗਰਕ ਕਰੀ ਜਾਂਦੇ ਆ। ਹੈਂ, ਜਿੱਥੋਂ ਐਜੂਕੇਸ਼ਨ ਤੁਸੀਂ ਐਜੂਕੇਸ਼ਨ ਬੱਚਿਆਂ ਨੂੰ ਕਰਨਾ, ਜਿਹੜੇ ਕੱਲ੍ਹ ਨੂੰ ਪੋਲੀਟੀਸ਼ੀਅਨ ਬਣਗੇ, ਪੁਲਿਸਮੈਨ ਬਣਗੇ, ਆਰਮੀ ਬਣਗੇ, ਜਿਹਨਾਂ ਨੇ ਦੇਸ਼ ਨੂੰ ਚਲਾਉਣਾ, ਇਹ ਅਸੀਂ ਦੇਖ ਹੀ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਇਹਦੇ ਨਾਲ ਧਰਮ ਇਹਨਾਂ ਦੇ ਗਾਹ ਵਿੱਚ ਪਾਈ ਜਾ ਰਹੇ ਹਾਂ, ਇਹਨਾਂ ਦੇ ਇਹਨਾਂ ਨੂੰ ਜਿਹਨੂੰ ਇਹਨਾਂ ਦੇ ਬ੍ਰੇਨ ਵਿੱਚ ਧਰਮ ਪਹਿਲਾਂ ਫਸਾਈ ਜਾਂਦੇ ਹਾਂ, ਤਾਂ ਕਿ ਉੱਠੇ ਨਹੀਂ ਨਾ। ਜਾਂ ਇਹ ਗ੍ਰੰਥੀ ਬਣਗੇ, ਜਾਂ ਭਾਈ ਬਣਗੇ, ਜਾਂ ਕਿਸੇ ਗੁਰਦੁਆਰੇ ਦੇ ਮੰਦਰ 'ਚ ਜਾ ਕੇ ਬੈਠ ਜਾਣਗੇ। ਜਦੋਂ ਬਾਕੀ ਦੁਨੀਆ ਸੁਧਰੀ ਜਾਂਦੀ ਆ, ਇਹ ਪਿੱਛੇ ਉਤਰੇ ਜਾਂਦੇ ਆ। ਔਰ ਜਿਹੜਾ ਚੀਫ ਜਿਹੜਾ ਨਾ ਬਾਜਵਾ ਸਾਹਿਬ ਆ ਪਾਕਿਸਤਾਨ ਦਾ, ਉਹਨੇ ਇੱਕ ਦਿਨ ਬਿਆਨ ਦਿੱਤਾ, ਉਹ ਕਹਿੰਦਾ ਤੁਸੀਂ ਆ ਮਦਰੱਸੇ ਖੋਲੀ ਜਾਂਦੇ ਆ, ਇੱਥੋਂ ਫਿਰ ਟੈਰੋਰਿਸਟ ਹੀ ਪੈਦਾ ਹੋਣੇ ਆ, ਜਾਂ ਫਿਰ ਮਤਲਬ ਜਿਹਨੂੰ ਉਹ ਮਦਰੱਸਿਆਂ ਨੂੰ ਚਲਾਉਣ ਵਾਲੇ ਪੈਦਾ ਹੋਣਗੇ। ਜੇ ਤੁਸੀਂ ਇਹਨਾਂ ਨੂੰ ਪੜ੍ਹਾਉਣਾ ਲਿਖਾਉਣਾ, ਇਸ ਮੁਲਕ ਨੇ ਗਾਹ ਵਧਣਾ, ਤੇ ਕੁਝ ਚੰਗੇ ਚੰਗੇ ਸਕੂਲ ਖੋਲੋ। ਇਹ ਸਾਡੀ ਹਾਲਤ ਆ, ਦੇਖੋ ਕਿੱਥੇ ਅਸੀਂ ਸਾਡੀ ਹਾਲਤ ਆ। ਅਸੀਂ ਗੌਰਮੈਂਟ ਸਕੂਲਾਂ 'ਚ ਪੜ੍ਹ ਕੇ ਆਏ ਹਾਂ, ਗਰੀਬ ਘਰਾਂ 'ਚੋਂ ਪੜ੍ਹ ਕੇ ਆਏ ਹਾਂ। ਜਦੋਂ ਐਜੂਕੇਸ਼ਨ ਦਾ ਮਿਆਰ ਸੀ, ਅੱਜ ਕੋਈ ਮੁੰਡਾ ਬੀ ਏ ਪੜ੍ਹਿਆ ਆਉਂਦਾ, ਸਾਨੂੰ ਤਾਂ ਯਕੀਨ ਹੀ ਨਹੀਂ ਆਉਂਦਾ ਵੀ ਬੀ ਏ ਹੈਗਾ। ਹੈਂ, ਅਨਪੜ੍ਹਾਂ ਵਰਗੇ ਬੀ ਏ ਤੁਰੇ ਫਿਰਦੇ ਆ। ਤੁਸੀਂ ਭਾਈ ਸਾਹਿਬ, ਕੋਈ ਓਨੈਸਟਲੀ ਯੂ ਨੋ ਇਹਦਾ ਸਿਸਟਮ ਇਜ਼ ਟੋਟਲੀ ਫਿਆਸਕੋ, ਟੋਟਲੀ ਮਤਲਬ ਯੂ ਨੋ ਯਕੀਨ ਨਹੀਂ ਆਉਂਦਾ ਵੀ ਇਸ ਮੁਲਕ ਦਾ ਬਣੂਗਾ ਕੀ। ਹਰਭਜਨ ਸਿੰਘ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ। ਯੂ ਨੋ ਆਟੋਮੈਟਿਕਲੀ ਇਮੋਸ਼ਨਲੀ, ਬਟ ਇਟ ਕੰਪੈਲਸ ਯੂ ਟੂ ਬਿਕਮ ਇਮੋਸ਼ਨਲ। ਆਈ ਨੋ, ਮੈਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ। ਕੋਈ ਗੱਲ ਨਹੀਂ, ਧੀਰਜ ਰੱਖੀਏ ਆਪਾਂ, ਤੇ ਹੋ ਸਕਦਾ ਵਧੀਆ ਆਪਾਂ ਆਪਣੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੂੰ ਐਜੂਕੇਟ ਕਰੀਏ। ਮੈਨੂੰ ਲੱਗਦਾ ਕਿ ਹਰਭਜਨ ਜੀ ਦੇ ਜਿਹੜੇ ਪੁਆਇੰਟ ਸੀਗੇ ਬਿਲਕੁਲ ਵੈਲਿਡ ਸੀ। ਦੇਖੋ, ਇੱਕ ਤਾਂ ਉਹਨਾਂ ਨੇ ਪੁਆਇੰਟ ਰੇਜ਼ ਕੀਤਾ ਕਿ ਸਾਡੇ ਮੁਲਕ ਦੇ ਵਿੱਚ, ਇੰਡੀਆ ਦੇ ਵਿੱਚ ਲੋਕਾਂ ਨੂੰ ਸਵਾਦ ਪੈ ਗਿਆ ਧਰਮ ਦੀਆਂ ਗੱਲਾਂ, ਆਰੋਪ ਪ੍ਰਤਿਆਰੋਪ ਦੀ ਸਿਆਸਤ, ਉਹਨਾਂ ਨੂੰ ਵੀ ਸਵਾਦ ਪੈ ਗਿਆ। ਕੀ ਮੀਡੀਆ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਐਕਚੁਅਲ ਜਿਹੜੀ ਗੱਲਾਂ ਨੇ ਉਹ ਵੀ ਦਰਸਾਉਣ? ਕਿ ਦੋ ਚੀਜ਼ਾਂ ਹੁੰਦੀਆਂ, ਇੱਕ ਤਾਂ ਸਾਡੇ ਜਿਹੜੇ ਵੋਟਰਸ ਨੇ ਮੋਸਟ ਆਫ ਦੇਮ ਜਾਗਰੂਕ ਨਹੀਂ ਹੈਗੇ, ਉਹ ਫਸ ਜਾਂਦੇ ਇਹਨਾਂ ਦੇ ਟ੍ਰੈਪ, ਉਹ ਪੋਲੀਟੀਸ਼ੀਅਨਸ ਜਿਹੜੇ ਨੇ, ਇਟਸ ਲਾਈਕ ਅ ਚੈਸ ਫੋਰ ਦੈਮ, ਉਹ ਆਪਣੀ ਕਨਵੀਨੀਅੰਸ ਦੇ ਹਿਸਾਬ ਨਾਲ ਚੱਲਦੇ ਨੇ, ਕਦੀ ਕਾਸਟਿਜ਼ਮ, ਕਦੀ ਰਿਜ਼ਰਵੇਸ਼ਨ, ਕਦੀ ਫਲਾਣਾ ਮੁੱਦਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਨਵੀਂ ਜੀ ਕਾਲਰ ਜੁੜੇ ਹੋਏ ਨੇ, ਮੇਰੀ ਮੈਨੂੰ ਕਾਲ ਲੈ ਲਈ। ਹਾਂਜੀ ਗੱਲ ਜੀ, ਹਰ ਕਿਸੇ ਮੈਨੂੰ ਪਤਾ ਤੁਸੀਂ ਬਿਜ਼ੀ ਹੈ ਜੀ, ਜੀ ਤੇ ਆਪਾਂ ਸਾਰੇ ਬਿਜ਼ੀ ਹੈ। ਦੇਖੋ ਜੀ, ਪਹਿਲੀ ਗੱਲ ਇਹ ਹੈ ਵੀ ਜਿਹੜੀ ਕੋਈ ਵੀ ਸਿਸਟਮ ਹੈ, ਸਿਸਟਮ ਹੁੰਦਾ ਕਿਸੇ ਚੀਜ਼ ਦਾ, ਆਪਾਂ ਘਰ ਚਲਾਉਣਾ ਹੋਵੇ ਤਾਂ ਵੀ 8 ਵਜੇ ਸਬਜ਼ੀ ਲਿਆਉਣੀ ਹੈ, 8 ਵਜੇ ਖਾਣਾ ਪਕਾਉਣਾ, ਸਕੂਲ ਟੀਚਰ ਆ ਉਹਨਾਂ ਦਾ ਆਹ ਸਬਜੈਕਟ ਪੜ੍ਹਾਉਣੇ, ਆਹ ਕਰਨਾ, ਐਂ ਕਰਨਾ, ਟੂ ਹੋਲਡ ਏ ਮੀਟਿੰਗ, ਉਹਦੇ ਪ੍ਰੋਟੋਕਾਲ ਹੈ, ਉਹਦੇ ਪਹਿਲਾਂ ਬੰਦੇ ਦੇਖਦੇ ਆ ਵੀ ਉਹ ਹੈਗਾ ਕੁਰੇਟ ਹੈ, ਅਸੀਂ ਹਰੇ ਬੰਦੇ ਹੈਗੇ, ਜੇ 20 ਦੇ ਵਿੱਚੋਂ ਫਰਜ਼ ਕੀਤਾ ਅਸੀਂ ਗਿਣਿਆ ਵੀ 10 ਬੰਦੇ ਹੈਗੇ, ਠੀਕ ਹੈ ਚਲੋ ਮੀਟਿੰਗ ਚਲਾਓ, ਉਸ ਤੋਂ ਪਿੱਛੋਂ ਫਿਰ ਅਪੋਲੋਜੀ ਮੰਗਦੇ ਹੈ, ਫਿਰ ਏਜੰਡਾ ਹੁੰਦਾ, ਏਜੰਡੇ ਤੋਂ ਪਿੱਛੋਂ ਫਿਰ ਸਾਰਾ ਐਨੀ ਅਦਰ ਬਿਜ਼ਨਸ ਆ ਜਾਂਦਾ। ਚਲੋ ਇੱਥੇ ਤਾਂ ਪਹਿਲੀ ਗੱਲ, ਜਿਹੜੇ ਜਿੰਨੇ ਵੀ MLA ਹੈ, ਕੋਈ ਵੀ ਦੇ ਹੈਵ ਟੂ ਬੀ ਐਜੂਕੇਟਡ ਵਿਦ ਇਨ ਰੀਜ਼ਨ, ਐਟ ਲੀਸਟ ਇਨ ਅ ਕਮਿਊਨੀਕੇਸ਼ਨ ਸਕਿੱਲ, ਵੀ ਸ਼ੁੱਡ ਹੋਲਡ ਏ ਵਰਕਸ਼ਾਪ ਟੂ ਟ੍ਰੇਨ ਦੈਮ, ਉਹਨਾਂ ਨੂੰ ਇਹ ਨਹੀਂ ਵੀ ਦੇਖੋ ਇੱਕ ਮੇਰੇ ਖਿਆਲ ਦੇ ਨਾਲ 40-50 ਪਿੰਡ ਆਉਂਦੇ ਆ ਇੱਕ MLA ਨੂੰ, ਉਹ ਕੀ ਕਰਦੇ ਆ ਮੈਨੂੰ ਸਮਝਾਓ, ਕੁਛ ਨਹੀਂ ਕਰਦੇ, ਉੱਥੇ ਬੈਠੇ ਆ, ਫਲਾਣੇ ਪਿੰਡ ਦੀ ਪੰਚਾਇਤ ਆ ਗਈ, ਫਲਾਣੇ ਨੂੰ ਖਾਣੇ ਵਾਲੇ ਨੂੰ ਚਲਾ ਲੈਣਾ, ਫਲਾਣੇ ਨੂੰ ਗਾਲਾਂ ਕੱਢੀਆਂ, ਨੋ, ਬਟ ਦੇ ਸ਼ੁੱਡ ਡੂ, ਦੇ ਸ਼ੁੱਡ ਹੈਵ ਅ ਪ੍ਰੋਟੋਕਾਲ ਵੀ ਦੇ ਸ਼ੁੱਡ ਵਿਜ਼ਿਟ ਐਵਰੀ ਈਵਨ ਵਿਦ ਇਨ ਏ ਮੰਥ, ਤੋ ਇੱਕ ਪਿੰਡ ਜਾ ਕੇ ਜਾਂ 2 ਪਿੰਡ ਕਰਦੇ ਨੇ ਇੱਕ ਦਿਨ, ਸੋ ਉਹ ਦੈਟ ਮੀਨ ਦੇ ਆਰ ਇਨ ਟੱਚ ਵਿਦ ਦ ਗ੍ਰਾਸ ਰੂਟਸ, ਦੇ ਡੋਂਟ ਡੂ ਇਟ, ਨੋਬਡੀ ਡਸ ਇਟ, ਉਹ ਕਹਿੰਦੇ ਵੀ ਅਸੀਂ ਹੁਣ MLA ਬਣ ਗਏ, ਸਾਡੇ ਕੋਲ ਆਉਣ। ਅੱਛਾ, ਦੂਜੀ ਤੁਸੀਂ ਲਾਓ, ਹਾਂ ਅੱਜ ਕੱਲ੍ਹ ਨੂੰ ਸੈਟਰਡੇ ਸੰਡੇ ਹੈ, ਉਹ ਸੈਟਰਡੇ ਮੈਨੂੰ ਉਹ ਪੁੱਛੋ ਜਿਹੜੀ ਅਸੈਂਬਲੀ ਸਾਰੇ ਮਿਨਿਸਟਰ ਆ, ਉਹ ਅੱਗੇ ਕਿਹੜੀ ਸੈਟਰਡੇ ਸੰਡੇ ਕੰਮ ਕਿੱਦੋਂ ਕਰਦੇ ਆ ਉਹ, ਆਈ ਡੋਂਟ ਅੰਡਰਸਟੈਂਡ, ਉਹ ਮੈਂ ਮੰਨਦਾ ਘਰੇ ਬੈਠ ਕੇ। ਹਾਂਜੀ, ਦੂਜੀ ਗੱਲ ਉਹ ਜਦੋਂ ਲੋਕਾਂ ਨੂੰ ਬੇਵਕੂ ਬਣਾ ਕੇ ਵੋਟਾਂ ਲੈ ਲੈਂਦੇ ਆ, ਪਿੱਛੇ ਕਹਿੰਦੇ ਠੀਕ ਹੈ ਬਸ ਕਾਈ ਚੱਲੋ। Thank you very much, thank you very much. I think he has raised a very, very valid question. ਇਹਨਾਂ ਨੇ ਰੇਜ਼ ਕੀਤਾ ਕਿ ਜੀ MLAs ਦੀ ਇੱਕ ਖੁਦ ਆਪ ਪਹਿਲੇ ਐਜੂਕੇਸ਼ਨ ਹੋਣੀ ਚਾਹੀਦੀ ਹੈ ਇਨ ਟਰਮਸ ਆਫ ਦੀ ਬਿਊਰੋਕਰੇਸੀ,
ਦੇ ਨੋ ਵਟ ਇਜ਼ ਹੂ ਇਜ਼ ਬਿਊਰੋਕਰੈਟ ਐਂਡ ਵਟ ਕਾਇੰਡ ਆਫ ਰਿਸਪੋਂਸੀਬਿਲਟੀ ਬਿਊਰੋਕਰੈਟ ਦੇ ਕੋਲ ਹੈਗੀ ਹੈ ਔਰ ਬਿਊਰੋਕਰੇਸੀ ਕੀ ਹੈ, ਕਿਸ ਤਰੀਕੇ ਨਾਲ ਸਰਕਾਰ ਚੱਲਦੀ ਹੈ, ਕਿਹੜੇ ਕਿਹੜੇ ਮੁੱਦੇ ਚੱਕੇ ਜਾ ਸਕਦੇ ਹਨ, ਬਿੱਲਸ ਹੁੰਦੇ ਉਹਦੇ ਵਿੱਚ ਅਮੈਂਡਮੈਂਟ ਕਿਸ ਤਰੀਕੇ ਨਾਲ ਹੋ ਸਕਦੀ ਹੈ, ਵਿਧਾਨ ਸਭਾ ਦੇ ਵਿੱਚ ਜਿਹੜਾ ਪੇਪਰ ਵਰਕ ਹੈ ਉਹ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ, ਕੀ ਤੁਹਾਨੂੰ ਲੱਗਦਾ? ਸੱਚੀ ਦੱਸਣਾ, ਯੂ ਹੈਵ ਸੀਨ MLAs ਪਰਸਨਲੀ, ਡੂ ਦੇ ਹੈਵ ਦਿਸ ਕਾਇੰਡ ਆਫ ਨੋਲੇਜ? ਮੈਂ ਇੱਕ ਚੀਜ਼ ਦੇਖਦਾ, ਜਦੋਂ ਮੈਂ ਹਾਈ ਕਲਾਸ ਆਫੀਸ਼ੀਅਲ ਜਿਹੜੇ IPS ਅਫਸਰ ਜਾਂ IAS ਅਫਸਰ ਹੁੰਦੇ ਨੇ, ਉਹਨਾਂ ਨੂੰ ਤੀਸਰੀ ਜਾਂ ਚੌਥੀ ਪਾਸ ਮੰਤਰੀ ਨੂੰ ਸਲੂਟ ਮਾਰਦੇ ਦੇਖਦਾ, ਸਲੂਟ ਮਾਰਦੇ ਦੇਖਿਆ, ਵਿਲ ਟਾਕ, ਦੁੱਖ ਲੱਗਦਾ ਦਰਸ਼ਕਾਂ ਨੂੰ, ਹਜੇ ਸਾਰਾ ਕੁਝ ਨਹੀਂ ਦੱਸਦਾ, ਬ੍ਰੇਕ ਹੈ, ਬ੍ਰੇਕ ਹੈ, ਬ੍ਰੇਕ ਤੋਂ ਬਾਅਦ ਜ਼ਰੂਰ ਦੱਸਾਂਗੇ। ਆਈ ਵੁੱਡ ਲਾਈਕ ਟੂ ਨੋ ਅਬਾਊਟ ਦਿਸ ਫੋਰ ਸ਼ੋਰ ਆਫਟਰ ਦਿਸ ਸ਼ਾਰਟ ਬ੍ਰੇਕ।